ਇਹ ਬੱਚੀਆਂ ਜੀ ਆਮ ਜੇ ਪਰਿਵਾਰ ਚੋਂ ਜਿਹੜਾ ਸਧਾਰਨ ਪਰਿਵਾਰ ਕਹਿ ਸਕਦੇ ਆ ਜਿਹੜੇ ਦਿਲਾਂ ਦੇ ਤਾਂ ਅਮੀਰ ਹੁੰਦੇ ਨੇ ਹੁਨਰਾਂ ਦੇ ਅਮੀਰ ਹੁੰਦੇ ਨੇ ਪਰ ਚਾਹੇ ਉਹ ਪੈਸੇ ਪੱਖੋਂ ਗਰੀਬ ਹੁੰਦੇ ਨੇ ਸੋ ਬਹੁਤ ਵਾਰੀ ਦੇਖਿਆ ਤੁਸੀਂ ਚੰਡੀਗੜ੍ਹ ਵੀ ਦੇਖਿਆ ਹੋਊਗਾ ਇੱਕ ਕੁੜੀ ਉੱਥੇ ਵੀ 3V2 ਦੇ ਵਿੱਚ ਬਹੁਤ ਜਗ੍ਹਾ ਇੱਦਾਂ ਦੇ ਸਟੰਟ ਕਰਦੀਆਂ ਨੇ ਆਹ ਦੇਖੋ ਜੀ ਇਹ ਮੇਲੇ ਦੇ ਕੁੜੀ ਜਿਹੜੀ ਸੜਕ ਦੇ ਉੱਪਰ ਇਹਨਾਂ ਨੇ ਕਾਹ ਲਾਈ ਹੋਈ ਹੈ ਆਪਣੀ ਰੱਸਾ ਜ਼ਿਆਦਾਤਰ ਆਪਾਂ ਸਰਕਸਾਂ ਦੇ ਵਿੱਚ ਦੇਖਦੇ ਹੁੰਦੇ ਹਾਂ ਕਿ ਉੱਥੇ ਉਹਨਾਂ ਦੀ ਮਹਿੰਗੀ ਟਿਕਟ ਹੁੰਦੀ ਹੈ ਕਿ ਸਾਨੂੰ ਜਿਹੜੇ ਸਟੰਟ ਨੇ ਸਾਡੇ ਉਹੀ ਦੇਖ ਸਕਦਾ ਜਿਸਨੇ ਟਿਕਟ ਅਦਾ ਕੀਤੀ ਹੁੰਦੀ ਹੈ ਪਰ ਇਹ ਵਿਚਾਰੀ ਕੋਲ ਇੱਦਾਂ ਸਿਸਟਮ ਨਹੀਂ ਹੁੰਦਾ ਇਹ ਸੜਕ 'ਤੇ ਆਪਣਾ ਰੱਸੇ ਗੱਡ ਕੇ ਅਤੇ ਇੱਦਾਂ ਦੇ ਵਿਚਾਰੇ ਹੁਨਰ ਕਰਦੇ ਨੇ ਦੇਖੋ ਰੱਸੇ 'ਤੇ ਕਿੱਡਾ ਬੈਲੈਂਸ ਬਣਾਉਣਾ ਬਹੁਤ ਵੱਡੀ ਗੱਲ ਹੈ ਸੋ ਜਦੋਂ ਵੀ ਕਿਤੇ ਤਾਂ ਜਾਂਦੇ ਹੁੰਦੇ ਹੋ ਤੁਹਾਨੂੰ ਇੱਦਾਂ ਦਾ ਕੋਈ ਹੁਨਰ ਕਲਾਕਾਰ ਕਿਰਤ ਕਰਨ ਵਾਲਾ ਬੱਚਾ ਜਾਂ ਕੋਈ ਵੀ ਦਿਖਦਾ ਤਾਂ ਜ਼ਰੂਰ ਉਹਦਾ ਤੁਸੀਂ ਮਾਣ ਤਾਣ ਕਰਿਆ ਕਰੋ ਇਹਨਾਂ ਨੂੰ ਆਸ ਹੁੰਦੀ ਹੈ ਤਾਂ ਇਹ ਇੱਕ ਓਪਨਲੀ ਖੁੱਲ੍ਹੇ ਉਹਦੇ ਵਿੱਚ ਤਾਂ ਇਹ ਸਟੰਟ ਕਰਦੇ ਨੇ ਕਿ ਸਾਨੂੰ ਲੋਕ ਮਦਦ ਕਰਨਗੇ ਧੰਨਵਾਦ।